ਆਪਾਂ ਇੱਥੋਂ ਦੂਰ 1-2 ਕਿਲੋਮੀਟਰ 'ਤੇ ਗੱਡੀ ਖੜ੍ਹੀ ਕਰਕੇ ਇੱਥੇ ਨੂੰ ਤੁਰਦੇ ਆ ਰਹੇ ਹਾਂ। ਸਿੱਧਾ ਵਿਊ ਦੇਖੋ ਜੀ, ਔਰ ਪ੍ਰਿੰਸ ਜੋਰਜੀਆ ਲਗਭਗ ਸਾਰਾ ਦਿਖਣਾ ਹੈ। ਆਹ ਏਰੀਆ, ਆਹ ਸਾਰਾ ਏਰੀਆ ਉੱਥੇ ਤੱਕ, ਇਹ ਯੂਨੀਵਰਸਿਟੀ ਦਾ, ਇਹ ਏਸ਼ੀਆ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਹੈ, ਏਸ਼ੀਆ ਦੀ ਸਭ ਤੋਂ ਵੱਡੀ ਯੂਨੀਵਰਸਿਟੀ। ਇਸ ਤੋਂ ਅੱਗੇ ਉਹ ਸ਼ਾਇਦ ਦਿਖਦੀ ਹੋਣੀ, ਠੀਕ ਹੈ ਜੀ। ਔਰ ਆਪਾਂ ਤੁਹਾਨੂੰ ਇੱਕ ਵਿਊ ਦਿਖਾਉਣ ਲੱਗੇ ਹਾਂ, ਬਹੁਤ ਵੱਡੀ ਸੀਨਰੀ ਕਿ ਸ਼ਾਇਦ ਤੁਸੀਂ ਖੁਦ ਦੇਖੋ ਅਤੇ ਦੇਖ ਲਓ। ਆਹ ਸੜਕ ਹੈ, ਇਸ ਸੜਕ ਤੋਂ ਇੱਧਰ ਨੂੰ ਨਹੀਂ ਗੱਡੀ ਚੜ੍ਹਾ ਸਕਦੇ, ਵੀ ਇੱਥੇ ਨੂੰ ਕੋਈ ਕਿੰਨਾ ਸਪੇਸ ਖਾਲੀ ਹੈ, ਨੋ ਇੱਥੇ ਨਹੀਂ ਚੜ੍ਹਾ ਸਕਦੇ। ਉਹ 2 ਕਿਲੋਮੀਟਰ ਪਿੱਛੇ ਗੱਡੀ ਖੜ੍ਹੀ ਕਰਕੇ ਆਉਣੀ ਹੈ ਤਾਂ ਕਿ ਆਹ ਘਾਹ ਨਾ ਖਰਾਬ ਹੋਵੇ। ਔਰ ਅਸੀਂ ਪ੍ਰਿੰਸ ਜੋਰਜ ਤੋਂ 15-20 ਕਿਲੋਮੀਟਰ ਬਾਹਰ ਆਏ ਹਾਂ, ਜਿੱਦਾਂ ਕਹਿ ਲਓ ਵੀ ਭੱਦੀ ਦੇ ਘਾਟੇ 'ਚ ਆਏ ਹਾਂ, ਅਤੇ ਮਜਾਲਕੇ ਅਤੇ ਇੱਥੇ ਵੀ ਕਿਤੇ ਕਿਸੇ ਨੇ ਗੰਦ ਪਾਇਆ ਹੋਵੇ, ਇੱਥੇ ਵੀ ਲੋਕਾਂ ਦੇ ਬੈਠਣ ਨੂੰ ਉਹ ਟੇਬਲ ਸਟੂਲ ਜਿਹੇ ਬਣਾਏ ਹੋਏ ਆ, ਗਾਰਬੇਜ ਬਣਾਏ ਹੋਏ ਆ, ਲੋਕ ਗਾਰਬੇਜ ਦਾ ਵੇਟ ਕਰੂਗੇ, ਕਿੱਥੇ ਗਾਰਬੇਜ ਆਉਂਦਾ ਉੱਥੇ ਆਪਾਂ ਆਪਣਾ ਕੋਈ ਵੀ ਹੈਗੀ ਆ ਸਮਾਨ ਖਰਾਬ ਉੱਥੇ ਸਿੱਟੋ, ਇਹ ਨਹੀਂ ਆ ਵੀ ਚੱਕ ਕੇ ਇੱਥੇ ਇੱਥੇ ਥੱਲੇ ਸਿੱਟ ਦਿਓ। ਆ ਜੰਗਲ ਹੈ, ਘਣਾ ਜੰਗਲ, ਬੇਹੱਦ ਘਣਾ ਜੰਗਲ, ਇਹਦੇ ਵਿੱਚ ਵੀ ਲੋਕਾਂ ਨੇ ਇੱਦਾਂ ਪਗਡੰਡੀਆਂ ਸੜਕਾਂ ਬਣਾਈਆਂ ਵਾਂ ਘੁੰਮਣ ਫਿਰਨ ਨੂੰ। ਔਰ ਇੱਥੇ ਬੇਅਰ ਭਾਲੂ ਵੀ ਹੈਗੇ ਆ, ਪਰ ਇੰਨਾ ਵੀ ਨਹੀਂ ਖਤਰਾ ਹੈਗਾ, ਪਰ ਹੈਗੇ ਹੈ, ਅਤੇ ਇਹ ਇਹਨਾਂ ਨੇ ਸਾਨੂੰ ਅਵੇਅਰ ਕੀਤਾ ਵਾ। ਹਰ ਜਗ੍ਹਾ ਬੋਰਡ ਵੀ ਲਾਏ ਵੀ ਇਸ ਜਗ੍ਹਾ ਮੂਸ ਹੁੰਦੇ ਆ ਅਤੇ ਇਸ ਜਗ੍ਹਾ ਭਾਲੂ ਹੋ ਸਕਦਾ ਹੈ, ਅਤੇ ਇਸ ਤਰ੍ਹਾਂ ਹੈ। ਹੁਣ ਤੁਹਾਨੂੰ ਮੈਂ ਅਗਲਾ ਸੀਨ ਦਿਖਾਲਦਾ ਪ੍ਰਿੰਸ ਜੋਰਜ ਦਾ।